late now, you get it. To be part of the video, I'm just going to अजकल की जमाना आ गया, बच्चे तो बिल्कुल कहना ही नहीं मानते, मां बाप का कहना नहीं मानते, मेरा कहना नहीं मने, मेरी इतनी बड़ी पंड है कि चक्की नहीं जाती मेरे तो। ਅੱਜਕੱਲ੍ਹ ਦੇ ਨੌਜਵਾਨਾਂ ਨੂੰ ਪਤਾ ਨਹੀਂ ਕੀ ਹੋਇਆ, ਕਹਿਣਾ ਹੀ ਨਹੀਂ ਮੰਨਦੇ ਹੈਗੇ, ਇੰਨੀ ਭਾਵੀ ਪੰਡ ਹੈ ਜਿਵੇਂ ਤੋਂ ਚੱਕੀ ਨਹੀਂ ਜਾਂਦੀ। ਬਾਪੂ ਜੀ, ਮੈਨੂੰ ਲੱਗਾ ਤੁਸੀਂ ਮੁਸ਼ਕਲ 'ਚ ਹੋ ਅਤੇ ਮੈਂ ਤੁਹਾਡੀ ਮਦਦ ਕਰਨ ਵਾਸਤੇ ਆ ਗਿਆ। ਦੱਸੋ ਮੇਰੀ ਮਦਦ ਦੀ ਕੀ ਲੋੜ ਤੁਹਾਨੂੰ? ਹੈ ਹੈ, ਤੂੰ ਕੌਣ? ਬਾਪੂ ਜੀ, ਮੈਂ ਤੁਹਾਡੀ ਮਦਦ ਕਰਨ ਆਣਾ, ਮੈਂ ਹਸਤੀਮਾਨ। ਅੱਛਾ, ਦੱਸੋ ਬਾਪੂ ਜੀ, ਆ ਪੰਡ ਕਿੱਥੇ ਸੁੱਟਣੀ ਹੈ? ਮੈਂ ਬਹੁਤ ਜਣਿਆਂ ਨੂੰ ਕਹਿ ਚੁੱਕਿਆ ਕਿ ਮੇਰੀ ਪੰਡ ਬਹੁਤ ਭਾਵੀ ਹੈ, ਮੇਰੀ ਕਿਸੇ ਨੇ ਮਦਦ ਨਹੀਂ ਕੀਤੀ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਪਤਾ ਨਹੀਂ ਕੀ ਹੋਇਆ ਹੈਗਾ। ਬਾਪੂ ਜੀ, ਇਹ ਸਭ ਮੈਂ ਦੇਖ ਲਿਆ, ਅਤੇ ਹੁਣ ਤੁਸੀਂ ਇਹ ਦੱਸੋ ਤੁਹਾਡੀ ਪੰਡ ਕਿੱਥੇ ਸੁੱਟਣੀ ਹੈ, ਕਿੱਥੇ ਪਹੁੰਚਾਉਣੀ ਹੈ ਮੈਨੂੰ ਦੱਸੋ, ਅਤੇ ਮੈਂ ਲੈ ਕੇ ਚੱਲਦਾ। ਉਹ ਤਾਂ ਜਿਹੜੀ ਪੰਡ ਹੈ ਉਹ ਉੱਥੇ ਪਹੁੰਚਾਉਣੀ ਹੈ। ਇੱਥੇ ਬਾਪੂ ਜੀ? ਹਾਂਜੀ ਹਾਂਜੀ, ਆ ਜਾਓ। ਲਓ ਬਾਪੂ ਜੀ, ਤੁਸੀਂ ਚਲੋ ਅਤੇ ਪੰਡ ਤੁਹਾਡੇ ਪਿੱਛੇ ਆਈ। ਪੰਡ ਖੁੱਲ ਗਈ, ਲੱਗਦਾ ਬਾਪੂ ਜੀ ਨੇ ਪੰਡ ਲੀ ਬਣੀ ਸੀ, ਹੁਣ ਮੈਨੂੰ ਪੰਡ ਵੀ ਬੰਦੀ ਪੈਣੀ ਹੈ। ਲਓ ਲਓ ਬਾਪੂ ਜੀ, ਤੁਹਾਡੀ ਪੰਡ ਆ ਗਈ ਹੈ। ਲਓ ਬਾਪੂ ਜੀ। ਵਾਹ ਬੇਟਾ ਵਾਹ, ਵਾਹ ਹਸਤੀਮਾਨ ਵਾਹ, ਵਾਹ, ਤੂੰ ਤਾਂ ਕਮਾਲ ਹੀ ਕਰ ਦਿੱਤੀ। ਬਾਪੂ ਜੀ, ਜਦ ਵੀ ਤੁਹਾਨੂੰ ਕਦੀ ਮੇਰੀ ਲੋੜ ਪਵੇ ਤੁਸੀਂ ਕਹਿਣਾ ਹਸਤੀਮਾਨ, ਅਤੇ ਮੈਂ ਤੁਹਾਡੇ ਸਾਹਮਣੇ ਤੁਹਾਡੀ ਮਦਦ ਕਰਨ ਵਾਸਤੇ ਬਾਪੂ ਜੀ ਹਾਜ਼ਰ ਹੋਊਂਗਾ। ਅਤੇ ਹੁਣ ਤੁਸੀਂ ਮੈਨੂੰ ਦਿਓ ਆਗਿਆ, ਕਿਉਂਕਿ ਮੈਂ ਜਾ ਕੇ ਹੋਰ ਵੀ ਕਈਆਂ ਦੀ ਮਦਦ ਕਰਨੀ ਹੈ। ਵਾਹ ਹਸਤੀਮਾਨ ਵਾਹ, 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 ਵਾਹ। ਪੰਜਾਹ ਪੰਜਾਹ ਸੌ ਕੰਮ ਗਿਆ ਉਹ। ਨਹੀਂ ਮੈਂ ਤੁਹਾਨੂੰ ਸੈਲਫੀ ਨਹੀਂ ਦੱਸਦਾ, ਕਿਉਂਕਿ ਤੁਸੀਂ ਇੱਕ ਬਜ਼ੁਰਗ ਦੀ ਮਤਲਬ ਕਿ ਪੰਡਿਤ ਦੁਕਾਨ ਨਾ ਕੀਤੀ, ਇਸ ਕਰਕੇ ਤੁਸੀਂ ਆਪਣੇ ਮਾਂ ਪਿਓ ਦੀ ਗੱਲ ਕਿੱਦਾਂ ਮੰਨਦੇ ਹੋਣੇ? ਜੇ ਤੁਸੀਂ ਬਾਹਰ ਕਿਸੇ ਬੰਦੇ ਦੀ ਮਦਦ ਨਹੀਂ ਕਰ ਸਕਦੇ, ਤੁਸੀਂ ਆਪਣੇ ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ ਹੋਣੇ। ਜਦੋਂ ਤੱਕ ਤੁਸੀਂ ਮਾਂ ਪਿਓ ਦਾ ਕਹਿਣਾ ਨਹੀਂ ਮੰਨੋਗੇ, ਤਦ ਤੱਕ ਹਸਤੀਮਾਨ ਤੁਹਾਡੇ ਨਾਲ ਫੋਟੋ ਨਹੀਂ ਕਰਾਏਗਾ। ਸੋਰੀ ਭਾਈ, ਸੋਰੀ, ਸਾਡੀ ਅੱਖਾਂ ਖੁੱਲ ਗਿਆ ਹਸਤੀਮਾਨ ਜੀ। ਚਲੋ ਫਿਰ ਤਾਂ ਆਪਾਂ ਸਾਰਿਆਂ ਨੇ ਹੈਲਪ ਕਰਾਂਗੇ ਜੀ। ਚਲੋ ਫਿਰ ਤੁਸੀਂ ਹੁਣ ਕਰਾ ਸਕਦੇ ਹੋ ਫੋਟੋ, ਫਿਰ ਆਓ ਆਪਾਂ ਤਾਂ ਅੱਗੇ ਸਾਰਿਆਂ ਦੀ ਹੈਲਪ ਕਰਿਆ ਕਰਾਂਗੇ। ਹੁਣ ਮੈਂ ਚੱਲਿਆ। ਉਹ ਪੈਂਚਰ ਹੋ ਗਿਆ ਜੀ, ਹਵਾ ਨਿਕਲ ਗਈ, ਹੁਣ ਕੀ ਕਰਾਂ? ਮੈਂ ਤਾਂ ਜਾਣਾ ਹੀ ਬੜਾ ਜ਼ਰੂਰੀ ਸੀ ਯਾਰ। ਹੁਣ ਯਾਰ ਹਸਤੀਮਾਨ ਨੂੰ ਬੁਲਾਉਂਦੇ ਯਾਰ, ਮੇਰਾ ਯਾਰ ਹਸਤੀਮਾਨ ਯਾਰ ਆ ਪੈਂਚਰ ਹੋ ਗਿਆ ਯਾਰ, ਹਵਾ ਨਿਕਲ ਗਈ, ਮੈਂ ਜਾਣਾ ਬੜਾ ਜ਼ਰੂਰੀ ਸੀ। ਤੁਸੀਂ ਟੈਂਸ਼ਨ ਨਹੀਂ ਲੈਣੀ, ਹਸਤੀਮਾਨ ਹੁੰਦੇ ਹੁੰਦਿਆਂ ਤੁਹਾਨੂੰ ਕੋਈ ਤਕਲੀਫ ਹੋਵੇ ਤੁਸੀਂ ਯਾਦ ਕਰੋ ਹਸਤੀਮਾਨ, ਇਸ ਕਰਕੇ ਹਸਤੀਮਾਨ ਤੁਹਾਡੇ ਸਾਹਮਣੇ ਹਾਜ਼ਰ ਹੈ। ਦੇਖੋ ਠੀਕ ਆ, ਜਦ ਵੀ ਤੁਹਾਨੂੰ ਮੇਰੀ ਮਦਦ ਦੀ ਲੋੜ ਪਵੇ
ਤੁਸੀਂ ਕਹਿਣਾ ਹਸਤੀਮਾਨ ਤੇ ਮੈਂ ਹਾਜ਼ਰ ਤੇ ਹੁਣ ਮੈਂ ਚਲਿਆ। चवले तू है चवल तू होनी है तू होनी है ना रानी ना होवे ते नी ना रानी किनू कहनी है तेरी जबान ते किते पै जान कीरे तेरी ते पै जाना हां तेरी ते पै जाना पै जाना ਅਜਿਹੇ ਫੰਡੇ ਜਣਾ ਫੁੱਟ ਕੇ ਰੱਖ ਦਾਂਗੀ ਨਹੀਂ ਮੈਂ ਤੇਰੇ ਵੀ ਫੁੱਟ ਕੇ ਰੱਖ ਦਾਂਗੀ ਤੂੰ ਆਈ ਬੜੀ ਵੱਡੀ ਹਾਂ ਉਹ ਕੀ ਹੋ ਗਿਆ ਤੁਹਾਨੂੰ ਨਾ ਕੀ ਤਮਾਸ਼ਾ ਲਾ ਤੋ ਹਾਂ ਇਹਨੂੰ ਪੁੱਛੋ ਨਾ ਕੀ ਪੁੱਛੀ ਉਹਨੂੰ ਪੁੱਛ ਇਹਨੂੰ ਪੁੱਛ ਯਾਰ ਤੁਹਾਡੀ ਲੜਾਈ ਖਤਮ ਹੀ ਨਹੀਂ ਹੁੰਦੀ ਚੱਕਰ ਕੀ ਆ ਕਿੰਨੀ ਦੇਰ ਦੀ ਮੈਨੂੰ ਗਾਲਾਂ ਕੱਢੀ ਜਾਣੀ ਨਿੱਕਿਆ ਇਹਨੂੰ ਪਹਿਲਾਂ ਪੁੱਛ ਇਹਦੀ ਜ਼ਬਾਨ ਕੰਟਰੋਲ ਚ ਕਰ ਪਰ ਗੱਲ ਹੋਈ ਕੀ ਆ ਉਹ ਸਾਨੂੰ ਗੱਲ ਤੇ ਦੱਸੋ ਇਹਨਾਂ ਨੂੰ ਪਤਾ ਸਾਰਾ ਯਾਰ ਤੁਹਾਡੀ ਲੜਾਈ ਕਿਦਾਂ ਖਤਮ ਹੋਊਗੀ ਦੱਸੋ चलती मेनू मुकानी पैनी है हुण मैं जा रहा जल्दी ਤੂੰ ਯਾਰ ਸਮਝਾ ਕੁਝ ਇਹਨਾਂ ਨੂੰ ਯਾਰ ਮੈਂ ਇਹਨਾਂ ਦੋਵਾਂ ਨੂੰ ਕੀ ਸਮਝਾਵਾਂ ਓਏ ਹਸਤੀਮਾਨ ਸਾਡੇ ਘਰ ਉਹ ਹਸਤੀਮਾਨ ਕਿਉਂ ਬਾਤ ਹਸਤੀਮਾਨ ਹਸਤੀਮਾਨ ਜੀ ਤੁਹਾਡੇ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰੋ ਚਾਹ ਪਾਣੀ ਦਾ ਜਾਣੀ ਬਣਾ ਲੈ ਤੂੰ ਜਾ ਮੇਰੀ ਗੱਲ ਸੁਣ ਕੱਲੀ ਚਾਹ ਦੇ ਨਾਲ ਬਿਸਕੁਟ ਲੈ ਲਓ ਪਾਰਲੇ ਜੀ ਓਏ ਯਾਰ ਤੁਸੀਂ ਕੋਈ ਨਾ ਬਣਾਓ ਸਾਰਾ ਕੁਝ ਮੈਂ ਬਣਾਣਾ ਮੈਨੂੰ ਦੱਸੋ ਅਸੋਈ ਕਿੱਥੇ ਆ ਚਲੋ ਚੱਲੀ ਯਾਰ ਇੱਦਾਂ ਕਰ ਚਾਹ ਬਹੁਤ ਕਰਦੀ ਚਲੋ ਪੋਚੇ ਲਵਾ ਸ਼ਕਤੀਮਾਨ ਹਸਤੀਮਾਨ ਜੀ ਉਹ ਪਿਆ ਪੋਚਾ ਓ ਯਾਰ ਮੈਂ ਤੇ ਨਾ ਪਹਿਲੋਂ ਭਾਂਡੇ ਮਜਾ ਲਈਏ ਭਾਂਡੇ ਮਜਾ ਪੋਚੇ ਵੀ ਲਾਣੇ ਤੁਸੀਂ ਲੜਾਈ ਨਹੀਂ ਕਰਨੀ ਮੈਂ ਸਾਰਾ ਕੁਝ ਕਰ ਦੇਣਾ ਜਦ ਵੀ ਤੁਹਾਨੂੰ ਲੋੜ ਪਏ ਤੁਸੀਂ ਕੋਲ ਕਹਿੰਦੀ ਹਸਤੀਮਾਨ ਹਾਜ਼ਰ ਹੋ ਹਸਤੀਮਾਨ ਤੁਹਾਡੇ ਸਾਹਮਣੇ ਤੁਹਾਡਾ ਕੰਮ ਸਾਰਾ ਕਰ ਦੇਗਾ ਹੁਣ ਚੱਲਿਆ ਹਸਤੀਮਾਨ ਪਹਿਲੋਂ ਪੋਚੇ ਨਾਲ ਧਾਰੀਵਾਲ ਸਿਧਮਾ ਪਿੰਡ ਪਹੁੰਚਿਆ ਤੂੰ ਦੱਸ ਤੇਰਾ ਕਿਹੜਾ ਪਿੰਡ ਵਾ ਅੱਛਾ ਸਿੰਘਪੁਰਾ ਮੈਂ ਬੇਟਾ ਆਇਆ ਤੂੰ ਰੋਣਾ ਨਹੀਂ ਮੈਂ ਤੈਨੂੰ ਦੋ ਮਿੰਟ ਚੱਕੂਗਾ ਕੇ ਆ ਦੇਖੋ ਬੇਟੇ ਬੇਟੇ ਦੀ ਵੀਡੀਓ ਕਾਲਿੰਗ ਆਈ ਆ ਤੇ ਮੈਂ ਹੁਣ ਬਸ ਬੇਟਾ ਪੋਚੇ ਲੱਗ ਗਏ ਸਿਰਫ ਭਾਂਡੇ ਰਹਿੰਦੇ ਆ ਮੈਂ ਤੇਰੇ ਕੋ ਸਿਰਫ 12 ਮਿੰਟਾਂ 'ਚ ਪਹੁੰਚ ਰਿਹਾ 3 ਮਿੰਟ ਮੈਨੂੰ ਆਉਣ ਲੱਗ ਜਾਣੇ ਆ ਕਿਉਂਕਿ 15 ਮਿੰਟ ਟੋਟਲ ਨੇ ਆ ਗਿਆ ਮੈਂ ਬੱਚਾ ਰੋਂਦਾ ਨਾ ਬੱਚੇ ਨੂੰ ਜਾ ਕੇ ਸਾਹਮਣਾ ਚਲੋ ਚਲੀਏ ਚਲੋ फर्ज बनता तेरी कोई सेवा करिए ਕਾਕਾ ਚਾਬੀ ਰਫੜਾ ਕਿਉਂਕਿ ਉੱਡ ਉੱਡ ਕੇ ਬਹੁਤ ਦੇਖਿਆ ਅੱਜ ਮੈਂ ਮੋਟਰਸਾਈਕਲ ਵੀ ਚਲਾ ਕੇ ਦੇਖਾ ਚਲਾਓ ਮਹਾਰਾਜ ਇਹ ਚਲਾਓ ਅੱਜ ਮੈਂ ਮੋਟਰਸਾਈਕਲ ਦਾ ਵੀ ਦੇਖਾ ਤੁਸੀਂ ਦੋਨੇ ਪਿੱਛੇ ਮੇਰੇ ਬੈਠੋ
ਵੀ ਕਿੱਧਰ ਓ ਜਨਾਬ ਅਸੀਂ ਪਹਿਲਾਂ ਹੀ ਤਿੰਨ ਜਣੇ ਤੁਹਾਨੂੰ ਕਿੱਥੇ ਬਿਠਾ ਦਈਏ ਤੇ ਖਾ ਲੀਤਾ ਹੁਣ ਸੁਣਾ ਮਸ਼ਕਰੀਆਂ ਕਰਦਾ ਜਨਾਬ ਇਹ ਮਸ਼ਕਰੀਆਂ ਕਰਦਾ ਅੱਲਾ ਨੂੰ ਸਾਈਡ ਤੇ ਕਾਉ ਚੈੱਕ ਕਰਨ ਨੂੰ ਚਲੋ ਵੀ ਲਿਓ ਲਿਓ ਓ ਜਨਾਬ ਮੈਂ ਹਸਤੀ ਮਾਨ ਜੀ ਆਹ ਤੇ ਵੇਖ ਦੇ ਥੱਲੇ ਉਤਰ ਜਨਾਬ जनाब सानू जान दो अगे बड़ा थका होर भी जाना अगे बच्चा तैयार करता पे मैं जान दो जी पर हुण तुहानू छड्ड दिंदे आ ते अगे तो हेलमेट पा के जरूर आना वा जनाब जरूर आवांगे जी चलो आप खेडिये आजो काके तू दूध पी ते ठीक तू रोना नहीं हो ठीक है चल की गल स्कूले बड़ा बनया फिरता रहना हां आजा फिर आजा आजा वेला फिर आजा वेला देखा मेरे पीछे कौन वा शक्तिमान मेरे पीछे हस्तिमान साधना हस्तिमान फिर होने साथ शक्तिमान नु हस्तिमान ਬਚਾਓ ਓ ਮੈਨੂੰ ਬਚਾਓ ਮੈਨੂੰ ਤਾਰੋ ਥੱਲੇ ਓਏ ਮੈਨੂੰ ਤਾਰੋ ਓਏ ਓ ਬਚਾਓ ਇਹ ਦੇ ਖੋਦ ਫਸਿਆ ਗਿਆ ਹਾਂ ਹਾਂ ਓ ਮੈਨੂੰ ਬਚਾਓ ਓ ਬਚਾਓ ਮੈਨੂੰ ਓ ਓ ਬਚਾਓ ਮੈਨੂੰ ਬਚਾਓ ਓ लगता मेनु कोई बचाओ बचाओ की आवाज आ रही मेनु लगता किसी कुड़ी ने जबरदस्ती कर दे पे कोई लोग इस करके हुण ते शक्तियां भी चल गई आ जाओ मेरी शक्तियां Thank you.
हस्तीमान तू मेरा मोटरसाइकिल चोरी करके ले गया यार। किने किया तेरा मोटरसाइकिल चोरी? अब बंदा हुणे गया है। मैं हुणे लभदा। ओ तेरा पला होवे। हस्तीमान दी अच्छी हस्तियां बनिया फिरदियां।